ਹਾਂਜੀ ਸਸ ਜੀ ਗਾ ਜੀ ਸਾਰਿਆਂ ਨੂੰ ਸਤੰਬਰ ਮਹੀਨੇ ਦੀ ਪੈਨਸ਼ਨ ਤੇ ਤੁਹਾਡੇ ਲਈ ਵੱਡੀ ਖੁਸ਼ਖਬਰੀ ਲੈ ਕੇ ਆਏ ਹਾਂ ਜੀ ਕਿ ਕਿਹਨਾਂ ਲੋਕਾਂ ਦੇ ਖਾਤੇ ਵਿੱਚ ਪੈਨਸ਼ਨ ਆਏਗੀ ਤੇ ਕਿਹਨਾਂ ਦੇ ਨਹੀਂ ਆਏਗੀ ਸਾਰੀ ਜਾਣਕਾਰੀ ਟੱਡ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੀ ਅਤੇ ਕਿੰਨੀ ਪੈਨਸ਼ਨ ਪਾਈ ਜਾਏਗੀ ਸਾਰੀ ਡਿਟੇਲ ਜਾਣਕਾਰੀ ਟੱਡ ਨਾਲ ਸਾਂਝੀ ਕਰਨ ਜਾ ਰਿਹਾ ਪਰ ਉਸ ਤੋਂ ਪਹਿਲਾਂ ਜਿਹੜੇ ਵੀ ਚੈਨਲ ਉਤੇ ਪਹਿਲੀ ਵਾਰ ਆਏ ਹਨ ਕਿਰਪਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇ ਨਾਲ ਬੈਲ ਆਈਕਨ ਵਾਲਾ ਬਟਨ ਜ਼ਰੂਰ ਤੋਂ ਪ੍ਰੈਸ ਕਰ ਦਿਓ ਤਾਂ ਜੋ ਪੰਜਾਬ ਦੇ ਵਿੱਚ ਜਿਹੜੀ ਵੀ ਨਵੀਂ ਸਕੀਮ ਜਾਂ ਅਪਡੇਟ ਆਉਂਦੀ ਹੈ ਉਸ ਦੀ ਜਾਣਕਾਰੀ ਸਭ ਤੋਂ ਪਹਿਲਾਂ ਟੱਡ ਤੱਕ ਪਹੁੰਚ ਸਕੇ ਜੀ ਹਾਂਜੀ ਦੋਸਤੋ ਸਭ ਤੋਂ ਪਹਿਲਾਂ ਗੱਲ ਕਰ ਲੈਣੀ ਜੀ ਪੰਜਾਹ ਵਿੱਚ ਜਿਹੜੀ ਸਤੰਬਰ ਮਹੀਨੇ ਵਿੱਚ ਹੈ ਕਿੰਨੀ ਪੈਨਸ਼ਨ ਪਾਈ ਜਾਵੇਗੀ ਪਿਛਲੇ ਕਾਫੀ ਮਹੀਨੇ ਤੋਂ ਚਰਚਾ ਕੀਤੀ ਜਾ ਰਹੀ ਸੀ ਕਿ 2500 ਪੈਨਸ਼ਨ ਪਾਈ ਜਾਏਗੀ ਪਰ ਹੇ ਤੱਕ ਭਗਵੰਤ ਸਿੰਘ ਮਾਨਵਲੋ ਇਸ ਦਾ ਕੋਈ ਵੀ ਜਰਮ ਨੋਟਿਸ ਜਾਰੀ ਨਹੀਂ ਕੀਤਾ ਗਿਆ ਹਾਲਾਂਕਿ 15 ਅਗਸਤ ਤੇ 20 ਤੇ ਬਾਰੇ ਵਿੱਚ ਕੋਈ ਵੀ ਵਿਸ਼ੇਸ਼ ਚਰਚਾ ਨਹੀਂ ਕੀਤੀ ਗਈ ਤੇ ਤੁਹਾਨੂੰ ਦੱਸ ਦিয়ে ਕਿ ਇਸ ਵਾਰੀ ਜਿਹੜੀ ਆ ਕਾਫੀ ਜ਼ਿਆਦਾ ਲੋਕਾਂ ਦੀ ਜਿਹੜੀ ਪੈਨਸ਼ਨਾਂ ਕੱਢ ਦਿੱਤੀਆਂ ਗਈਆਂ ਹਾਂ ਜੀ ਜਿਨ੍ਹਾਂ ਵਿੱਚ ਜਿਨ੍ਹਾਂ ਦੀਆਂ 3 ਕਿੱਲੇ ਤੋਂ ਵੱਧ ਪੈ ਲਈ ਹਨ ਜੀ ਉਹਨਾਂ ਦੀ ਪੈਨਸ਼ਨਾਂ ਕੱਟ ਦਿੱਤੀਆਂ ਗਈਆਂ ਹਨ ਉਸ ਤੋਂ ਇਲਾਵਾ ਜਿਨ੍ਹਾਂ ਦੇ ਘਰ ਵਿੱਚ ਕੋਈ ਨਾ ਕੋਈ ਸਰਕਾਰੀ ਮੁਲਾਜ਼ਮ ਹੈ ਤੇ ਉਹਨਾਂ ਦੀਆਂ ਪੈਨਸ਼ਨਾਂ ਵੀ ਜਿਹੜੀਆਂ ਉਹ ਪੰਜਾਬ ਸਰਕਾਰ ਵੱਲੋਂ ਕੱਟ ਦਿੱਤੀਆਂ ਗਈਆਂ ਹਨ ਜੀ ਉਸ ਤੋਂ ਇਲਾਵਾ ਜਿਨ੍ਹਾਂ ਨੇ ਜਾਲੀ ਦਸਤਾਵੇਜ਼ ਲਗਾ ਕੇ ਆਪਣੀਆਂ ਪੈਨਸ਼ਨਾਂ ਅਪਲਾਈ ਕੀਤੀਆਂ ਹੋਈਆਂ ਹਨ ਜੀ ਤੇ ਉਸਤੀਆਂ ਪੈਨਸ਼ਨਾਂ ਵੀ ਪੰਜਾਬ ਸਰਕਾਰ ਵੱਲੋਂ ਕੱਟ ਦਿੱਤੀਆਂ ਗਿਆ ਹਨ ਉਸ ਤੋਂ ਲਾਵਾ ਬਾਕੀ ਜਿਹੜੇ ਲੋਕ ਹਨ ਜੀ ਉਹਨਾਂ ਦੇ ਪੈਨਸ਼ਨਾਂ ਖਾਤਿਆਂ ਵਿੱਚ ਜਿਹੜੀ ਸਤੰਬਰ ਮਹੀਨੇ ਆ ਜਾਵੇਗੀ 10 ਤਰੀਕ ਤੋਂ ਪਹਿਲਾਂ ਜਿਹੜੀ ਪੈਨਸ਼ਨ ਆ ਪਾ ਦਿੱਤੀ ਜਾਏਗੀ ਅਤੇ ਪੈਨਸ਼ਨ ਦੀ ਗੱਲ ਕੀਤੀ ਹੈ ਤੇ ਹਜੇ ਪੰਜਾਬ ਸਰਕਾਰ ਵੱਲੋਂ ਇਸ ਦਾ ਕੋਈ ਵੀ ਨੋਟਿਸ ਜਾਰੀ ਨਹੀਂ ਕੀਤਾ ਗਿਆ ਹਜੇ ਫਿਲਹਾਲ ਜਿਹੜੀ ਆ ਉਹ 1500 ਰੁਪਿਆ ਹੀ ਪੈਨਸ਼ਨ ਜਿਹੜੀ ਪੰਜਾਬ ਦੇ ਲੋਕਾਂ ਦੇ ਖਾਤਿਆਂ ਵਿੱਚ ਪਾਈ ਜਾਵੇਗੀ। ਇਹ ਹੀ ਜਾਣਕਾਰੀ ਸੀ ਜਿਹੜੀ ਮੈਂ ਤੁਹਾਨੂੰ ਸੰਜੀ ਕਰਨੀ ਸੀ ਜੀ ਮਿਲਦੇ ਆ ਨਵੀਂ ਹੋਰ ਅਪਡੇਟ ਦੇ ਨਾਲ ਤਦ ਤੱਕ ਲਈ ਸਸੀ ਗਾਲ ਜੀ।